ਮੈਂ ਸਭ ਤੋਂ ਪਹਿਲੇ ਭੱਲਾ ਸਾਹਿਬ ਦਾ ਬੜਾ ਸ਼ੁਕਰੀਆ ਅਦਾ ਕਰਨਾ ਕਿ ਇਹ ਸਾਡੇ ਮੀਰਾ ਸਾਹਿਬ ਵਿੱਚ ਪਹਿਲੀ ਵਾਰ ਇਲੈਕਸ਼ਨ ਲੜਨ ਲੱਗੇ MLA ਨੇ। ਮੈਂ MLA ਸਾਹਿਬ ਦਾ ਅਸੀਂ ਨਾਂ ਸੁਣਿਆ ਸਾਹਿਬ ਕਿ ਬਈ ਰੋਈ ਰੋਡ ਤੋਂ ਪਰੇ ਜਿਹੜੀ ਡਿਵੈਲਪਮੈਂਟ ਹੋਣੀ ਉਹ ਬੂਹ ਹੋਣੀ ਕਿਉਂ ਕਿ ਉੱਥੇ ਭੱਲਾ ਦਾ ਯਾਰ ਭੱਲਾ ਬੜੇ ਕੰਮ ਕਰਨਾ ਭੱਲਾ ਜਿਹੜਾ ਸਾਹਿਬ ਉਸ ਬੜੇ ਬੜੇ ਪੁੱਲ ਬਣਾਏ। ਇਹ ਅਸੀਂ ਕੀ ਸੁਣਿਆ ਲੱਭਣਾ ਸਾਹਿਬ ਲੇਕਿਨ ਹੁਣ ਤੁਸੀਂ ਕੀ ਦੇਖਿਆ ਲੱਭਸੀ ਕਿਉਂ ਕਿ ਭੱਲਾ ਜਿਹੜਾ ਦਾ ਤੁਸੀਂ ਵੀ ਚੱਲ ਜਾਣਾ। ਔਰ ਬਾਕੀ BJP ਨੇ ਮੈਂ ਕਹਿੰਦੇ ਉਸ ਕੀ ਜੋਗੀ ਜੀ ਨੇ ਵੀ ਰੈਲੀ ਪੂਰੀ ਸੁਣੀ, ਆਪਣੇ ਪ੍ਰਧਾਨ ਮੰਤਰੀ ਨੇ ਵੀ ਰੈਲੀ ਪੂਰੀ ਸੁਣੀ ਤੇ ਰਾਹੁਲ ਗਾਂਧੀ ਨੇ ਵੀ ਰੈਲੀ ਪੂਰੀ ਸੁਣੀ ਔਰ ਭੱਲਾ ਸਾਹਿਬ ਦਾ ਰਾਹੁਲ ਗਾਂਧੀ ਜਿੱਥੇ ਸੀ ਉੱਥੇ ਭਾਸ਼ਣ ਵੀ ਪੂਰਾ ਸੁਣਿਆ। ਭੱਲਾ ਸਾਹਿਬ ਜ਼ਿਆਦਾ ਇਸ ਇਲੈਕਸ਼ਨ ਵਿੱਚ ਰਫੂਜੀ ਕੀ ਬੜਾ ਦੇਖਿਆ ਲਏ ਨੇ, ਉਹ ਰਫੂਜੀ ਇਸ ਤੇ ਬੜੀ ਗੱਲ ਕਰ ਲਏ ਨੇ। ਕਿਆ ਉਹ 30 ਲੱਖ ਰੁਪਏ ਦੀ ਗੱਲ ਹੋਵੇ, ਕਿਆ ਉਹ ਸਾਡੇ ਦੇ ਜਿਹੜਾ ਭਵਿਸ਼ ਦਾ ਸਾਡੇ ਬੱਚੇ ਉਹਨਾਂ ਦੀ ST ਸਟੇਟਸ ਦੀ ਗੱਲ ਹੋਵੇ ਤੇ ਕਿਆ ਸਾਡੇ ਲੋਕਾਂ ਦੀ ਡਿਵੈਲਪਮੈਂਟ ਦੀ ਗੱਲ ਹੋਵੇ। ਇਸੇ ਵਿੱਚ ਖੁੱਲੀ ਤੇ ਅਗਰ ਕੋਈ ਬੋਲਣ ਲੱਗੇ ਨਾ ਉਹ ਸਿਰਫ ਭੱਲਾ ਸਾਹਿਬ ਬੋਲ ਰਹੇ। BJP ਵਾਲੇ ਜੋ ਕਿ ਆਏ ਖਾਲੀ ਅਸੀਂ ਕੀ ਜੈ ਸ਼੍ਰੀ ਰਾਮ ਨੇ ਨਾਰੇ ਲਾਏ ਤੇ ਚੁੱਪ ਕਰੀ ਗਏ ਤਾਂ ਅਸੀਂ ਕੀ ਪਾਕਿਸਤਾਨ ਦੇ ਚੱਲੇ ਨੇ। ਉਹ ਪਾਕਿਸਤਾਨ ਅਸੀਂ ਕਹਿ ਕਰ ਰਹੇ ਯਾਰ ਅਸੀਂ ਕੀ ਨੌਕਰੀਆਂ ਲਿਆ ਯਾਰ, ਅਸੀਂ ਕੀ ਮਹਿੰਗਾਈ ਜਿਹੜੀ ਵਧੀ ਉਹ ਖਤਮ ਕਰਾ ਯਾਰ, ਨੌਕਰੀਆਂ ਚਾਹੀਦੀਆਂ ਅਸੀਂ ਕੀ ਜਿਹੜੀ ਪਿਛਲੇ 15 ਸਾਲ ਤੋਂ ਅਸੀਂ ਕੀ ਨੌਕਰੀਆਂ ਨਹੀਂ ਲੱਭਣ ਲੱਗੀਆਂ। ਮੈਂ ਤੁਸੀਂ ਕੀ ਇੱਕ ਗੱਲ ਕਰਨਾ ਸਾ ਭੱਲਾ ਸਾਹਿਬ, ਅਗਰ ਤੁਸੀਂ ਕਾਨਸਟੀਚੁਸੀ ਚਾਹੇ ਨੇ ਤੇ ਤੁਸੀਂ ਇਸ ਵਾਰ ਖੁੱਲੀ ਵੋਟਾਂ ਪਾਈ ਤਾਂ ਭੱਲਾ ਸਾਹਿਬ ਵੀ ਜਿਤਾਣਾ ਜਿਤਾਈ ਤੁਸੀਂ ਕੀ ਜਿੰਨਾ ਰੋਈ ਵੋਟ ਤੁਸੀਂ ਕੀ ਡਿਵੈਲਪਮੈਂਟ ਤੇ ਕਹਿੰਦੇ ਉਸਕੀ ਗਾਡੀਗੜ ਡਿਵੈਲਪਮੈਂਟ ਦੇ ਬਾਰੇ ਸੁਣਨੇ ਸੀ ਨਾ ਕਿ ਤਹਿਸੀਲ ਵੀ ਆਈ ਉੱਥੇ, SDM ਆਫਿਸ ਵੀ ਆਈ ਆ ਉੱਥੇ, ਹਸਪਤਾਲ 100 ਬੈਡੇ ਦਾ ਵੀ ਆਈ ਆ, ਇੱਥੇ ਵੀ ਮਿਲਕੇ ਲੱਗ ਗਏ ਸੀ ਤੁਸੀਂ। ਮੈਂ ਤੁਸੀਂ ਪ੍ਰੋਮਿਸ ਕਰਦਾ ਸਾਰਾ ਕਿ ਤੁਸੀਂ ਕੀ ਲੱਗ ਸੀ, ਸਿਰਫ ਤੁਸੀਂ ਇਸ ਵਾਰ ਅਸੀਂ BJP ਦੇ ਬੜੇ ਲਾਰੇ ਦੇਖੀ ਜੋੜੇ ਸਾਰੇ ਲਾਰੇ ਦੇਖੇ ਕੋਈ ਕੀ ਮਾਰਾ ਸਭ ਕੋਈ ਕੀ, ਪਹਿਲੇ ਅਸੀਂ ਕੀ ਇਕੱਠੇ ਕੀਤੇ ਦੀ ਕੋਸ਼ਿਸ਼ ਕੀਤੀ, ਉਹ ਅਸੀਂ ਕੀ ਇਕੱਠੇ ਕਰੀ ਆਪੇ ਬਣਾਈ ਜਗ੍ਹਾ ਲੈ ਲਈ ਇੰਨੀ ਕੀ ਕਿਉਂ ਕਰ ਰਹਾ ਸੀ। ਇਸੇ ਗੱਲ ਮੈਂ ਜ਼ਿਆਦਾ ਕੱਖ ਨਹੀਂ ਆਉਣਾ, ਮੈਂ ਤੁਸੀਂ ਕੀ ਆਉਣਾ ਲੈਣਾ ਅਸੀਂ ਬੜੇ ਲਾਈ ਜੋੜੇ ਜੈ ਸ਼੍ਰੀ ਰਾਮ ਦੇ ਨਾਰੇ, ਹੁਣ ਜੈ ਸ਼੍ਰੀ ਰਾਮ ਦੇ ਨਾਰੇ ਭੱਲੇ ਵੀ ਛੇ ਲਾ ਰਹੇ।